ਇਹ ਹੈ ਦੋਸਤੋ ਮੇਰਾ ਫਸਟ ਮੀਲ ਮੋਰਨਿੰਗ, ਮੈਂ ਓਨਲੀ 2 ਮੀਲਸ ਏ ਡੇ ਲੈਂਦਾ, ਠੀਕ ਹੈ। ਅਤੇ ਇਹਦੇ ਵਿੱਚ ਦਿਖਾਉਂਦਾ ਤੁਹਾਨੂੰ ਕੀ ਹੈ, ਅਤੇ ਇਸ ਦੇ ਵਿੱਚ ਆਪਣਾ ਦਲੀਆ, ਬਾਦਾਮ ਐਂਡ ਕਿਸ਼ਮਿਸ਼, ਅਤੇ ਸੀਜ਼ਨੇਬਲ ਫਰੂਟਸ ਨੇ ਕੁਛ, ਠੀਕ ਹੈ। ਅਤੇ ਉਸ ਤੋਂ ਬਾਅਦ ਆਹ ਚੀਜ਼ ਦੱਸਿਓ, ਇਹਨੂੰ ਕੀ ਕਹਿੰਦੇ ਨੇ, ਖਾਣੇ, ਠੀਕ ਹੈ ਜੀ। ਇਹ ਫਰਾਈ ਕੀਤੇ ਹੋਏ ਨੇ ਦੇਸੀ ਘਿਓ ਦੇ ਵਿੱਚ, ਅਤੇ ਉਸ ਤੋਂ ਬਾਅਦ ਇਹ ਆਪਣੇ 10 ਐਗ ਵਾਈਟਸ, ਓਨਲੀ ਐਗ ਵਾਈਟਸ, ਨਿਰਾ ਪ੍ਰੋਟੀਨ, ਐਂਡ ਆਪਣਾ ਬਦਾਮ ਵਾਲਾ ਦੁੱਧ ਪਿਆ। ਬਸ ਮੋਰਨਿੰਗ ਇੰਨਾ ਹੀ ਆਪਾਂ ਕਰਦੇ ਹਾਂ, ਅਤੇ ਹੁਣ ਸਿੱਧਾ ਇੰਟਰਮੀਡੀਟ ਫਾਸਟਿੰਗ ਹੁੰਦੀ ਆ ਮੇਰੀ ਹਰ ਰੋਜ਼ ਦੀ। ਉਹ ਅਤੇ ਓਨਲੀ 2 ਮੀਲਸ ਅ ਡੇ ਇਸ ਦੇ ਵਿੱਚ ਆਪਾਂ ਕੰਜ਼ਿਊਮ ਕਰਦੇ ਹਾਂ, ਇਹੀ ਫਿਟਨੈਸ ਦਾ ਰਾਜ਼ ਹੈ। ਜੇ ਤੁਸੀਂ ਵੀ ਫਿੱਟ ਰਹਿਣਾ ਹੈ ਤਾਂ ਓਨਲੀ, ਜੇ ਤੁਸੀਂ ਇੰਟਰਮੀਟਿੰਗ ਕਰੋ, ਜੇ ਤੁਸੀਂ ਐਸੇ ਹੈ ਨਾ ਕੋਈ 8-16 ਦੀ ਕਰ ਲਓ, 14-8 ਦੀ ਕਰ ਲਓ, ਹੈ ਨਾ, ਤਾਂ ਇੱਦਾਂ ਹਫ਼ਤੇ ਦੇ ਵਿੱਚ ਇੱਕ ਦਿਨ ਮੇਰਾ ਫਾਸਟ ਜ਼ਰੂਰ ਹੁੰਦਾ, ਅਤੇ ਤਾਂ ਕਿ ਤੁਹਾਡੀ ਮਸ਼ੀਨਰੀ ਨੂੰ ਜਿਹੜਾ ਥੋੜ੍ਹਾ ਜਿਹਾ ਨਾ ਉਹਨੂੰ ਵੀ ਥੋੜ੍ਹੀ ਜਿਹੀ ਸ਼ਾਂਤੀ ਮਿਲੇ ਤੁਹਾਡੇ ਪੇਟ ਨੂੰ, ਤਾਂ ਇੱਕ ਦਿਨ ਫਾਸਟ, ਹਫ਼ਤੇ ਦੇ ਫਾਸਟ ਜ਼ਰੂਰ ਰੱਖੋ। ਅਤੇ ਫਰੂਟਸ, ਬਾਕੀ ਤੁਸੀਂ ਦੇਖ ਰਹੇ ਹੋ ਆਹ ਡਾਇਟ ਹੈ ਮੇਰੀ ਮੇਨ ਨਹੀਂ, ਤੁਸੀਂ ਵੀ ਇਸ ਤਰ੍ਹਾਂ ਦੀ ਡਾਇਟ ਹੈ ਜਿਹੜੀ ਇਹ ਕੈਰੀ ਕਰ ਸਕਦੇ ਹੋ, ਬਟ ਅਕੋਰਡਿੰਗ ਟੂ ਗੋਲਸ, ਠੀਕ ਹੈ। ਜੋ ਵੀ ਤੁਹਾਡੇ ਗੋਲਸ ਹੈ ਉਸ ਅਕੋਰਡਿੰਗ ਤੁਸੀਂ ਇਸ ਚੀਜ਼ ਨੂੰ ਲੈ ਕੇ ਫੋਲੋ ਕਰ ਸਕਦੇ ਹੋ।